ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦਸ਼ਮੇਸ਼ ਕੰਪਿਊਟਰਸ 'ਤੇ। ਅੱਜ ਆਪਾਂ ਗੱਲ ਕਰਾਂਗੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦੀ ਭਰਤੀ ਬਾਰੇ, CRPF ਦੀ ਭਰਤੀ ਬਾਰੇ, ਜਿਸ ਦੇ ਵਿੱਚ ASI ਸਟੈਨੋਗ੍ਰਾਫਰ ਅਤੇ HC ਮਿਨਿਸਟਰਲ ਦੀਆਂ ਵੈਕੈਂਸੀਜ਼ ਆਈਆਂ ਹਨ। ਅਤੇ ਇਹ ਟੋਟਲ ਵੈਕੈਂਸੀਜ਼ ਹਨ 1458। ਜੇ ਗੱਲ ਕੀਤੀ ਜਾਵੇ ਏਜ ਲਿਮਿਟ ਦੀ, ਤਾਂ ਮਿਨੀਮਮ ਏਜ ਤੁਹਾਡੀ 18 ਸਾਲ ਹੋਣੀ ਚਾਹੀਦੀ ਹੈ ਅਤੇ ਮੈਕਸੀਮਮ ਏਜ 25 ਸਾਲ ਹੋਣੀ ਚਾਹੀਦੀ ਹੈ। ਹੁਣ ਆਪਾਂ ਗੱਲ ਕਰਾਂਗੇ ਕੁਆਲੀਫਿਕੇਸ਼ਨ ਦੀ, ਤਾਂ ਤੁਹਾਡੀ ਕੁਆਲੀਫਿਕੇਸ਼ਨ, ਤੁਸੀਂ +2 ਪਾਸ ਆਊਟ ਹੋਣੇ ਚਾਹੀਦੇ ਹੋ, ਫਿਰ ਤੁਸੀਂ ਐਲੀਜੀਬਲ ਹੋਵੋਗੇ ਇਹ ਫੋਰਮ ਅਪਲਾਈ ਕਰਨ ਲਈ। ਇਸ ਦੇ ਵਿੱਚ ਜਿਹੜੀਆਂ ਅਸਿਸਟੈਂਟ ਦੀਆਂ ਪੋਸਟਾਂ ਹਨ ASI ਦੀਆਂ, ਉਹ ਅਨਰਿਜ਼ਰਵ ਕੈਂਡੀਡੇਟਸ ਲਈ ਹਨ 58, EWS ਵਾਸਤੇ 14, OBC ਲਈ 39, SC ਲਈ 21, ST ਲਈ 11, ਅਤੇ ਟੋਟਲ ਹਨ 143। ਜੇ ਗੱਲ ਕੀਤੀ ਜਾਵੇ ਹੈੱਡ ਕੋਂਸਟੇਬਲ ਦੀ, ਤਾਂ ਉਸਦੇ ਵਿੱਚ ਅਨਰਿਜ਼ਰਵ ਕੈਂਡੀਡੇਟਸ ਲਈ 532, EWS ਲਈ 132, OBC ਲਈ 355, SC ਲਈ 197, ST ਲਈ 99, ਅਤ�е ਟੋਟਲ ਵੈਕੈਂਸੀਜ਼ ਹਨ 1315। ਹੁਣ ਆਪਾਂ ਗੱਲ ਕਰਾਂਗੇ ਪੇ ਸਕੇਲ ਬਾਰੇ। ਜਿਹੜੀਆਂ ਅਸਿਸਟੈਂਟ ਸਬ ਇੰਸਪੈਕਟਰ ਦੀਆਂ ਭਰਤੀ ਆਈ ਹੈ ASI ਦੀ, ਉਸਦੇ ਵਿੱਚ ਪੇ ਲੈਵਲ ਹੈ 5, ਅਤੇ ਇਹਦੀ ਪੇ ਹੋਊਗੀ 29,200 ਤੋਂ ਲੈ ਕੇ 92,300। ਅਤੇ ਹੈੱਡ ਕੋਂਸਟੇਬਲ ਦਾ ਪੇ ਲੈਵਲ ਹੈ 4, ਜਿਸ ਦੇ ਵਿੱਚ ਤੁਹਾਡੀ ਪੇ ਹੋਵੇਗੀ 25,500 ਤੋਂ ਲੈ ਕੇ 81,100 ਤੱਕ। ਇਹ ਫੋਰਮ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਸਟਾਰਟਿੰਗ ਡੇਟ ਆਫ ਫੋਰਮ ਅਪਲਾਈ ਕਰਨ ਦੀ 4 ਜਨਵਰੀ 2023, ਅਤੇ ਲਾਸਟ ਡੇਟ ਆਫ ਫੋਰਮ ਅਪਲਾਈ ਕਰਨ ਦੀ 25 ਜਨਵਰੀ 2023। ਜੇ ਗੱਲ ਕੀਤੀ ਜਾਵੇ ਐਪਲੀਕੇਸ਼ਨ ਫੀਸ ਦੀ, ਤਾਂ ਜਨਰਲ, EWS ਅਤੇ OBC ਕੈਂਡੀਡੇਟਸ ਲਈ 100 ਰੁਪਇਆ ਫੀਸ, SC, ST, ESM ਅਤੇ ਫੀਮੇਲ ਕੈਂਡੀਡੇਟਸ ਲਈ ਕੋਈ ਫੀਸ ਨਹੀਂ। ਇਸੇ ਤਰ੍ਹਾਂ ਜੋਬਸ ਦੇ ਰਿਲੇਟਡ ਲੇਟੈਸਟ ਇਨਫੋਰਮੇਸ਼ਨ ਲਈ ਤੁਸੀਂ ਸਾਡਾ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ।